ਪਟਿਆਲਾ ਗਏ ਸੀਗੇ, ਮੈਰਿਜ ਸੀ। ਅੱਛਾ ਜੀ। ਜਦੋਂ ਸਾਡੇ ਰਿਸ਼ਤੇਦਾਰ ਰਹਿੰਦੇ ਹੈਗੇ ਉੱਥੇ ਪਟਿਆਲਾ, ਓਕੇ, ਉਹਨਾਂ ਨੇ ਸਾਨੂੰ ਬੱਚੀ ਨੂੰ ਗਿਫਟ ਦਿੱਤਾ ਸੀਗਾ। ਅੱਛਾ, ਮਤਲਬ ਜਿਨ੍ਹਾਂ ਦੀ ਗਏ ਸੀਗੇ ਜੀ ਮੈਰਿਜ 'ਤੇ, ਸਾਡੇ ਘਰ ਵਿੱਚ ਪਰਿਵਾਰ 'ਚ ਵਿਆਹ ਸੀਗਾ। ਠੀਕ ਹੈ। ਅਤੇ ਸਾਡੇ ਰਿਸ਼ਤੇਦਾਰ ਰਹਿੰਦੇ ਹੈਗੇ, ਸਾਡੀ ਭਾਣਜੀ ਦੇ ਸਗਾਈ, ਉਹਦੇ ਵਿੱਚ ਚੋਕਲੇਟਾਂ ਸੀਗੀ, ਫਰੂਟੀ ਸੀਗੀ। ਉਹਨਾਂ ਜਦੋਂ ਅਸੀਂ ਬੁੱਧਵਾਰ ਨੂੰ ਇੱਥੇ ਆ ਗਏ ਸੀਗੇ, ਠੀਕ ਹੈ, ਬੁੱਧਵਾਰ ਨੂੰ ਸ਼ਾਮ ਨੂੰ ਇੰਨੇ ਬੱਚੀ ਨੇ ਜਦੋਂ ਖਾਧਾ ਸੁੱਕਿਆ। ਅੱਛਾ ਜੀ। ਜਦੋਂ ਅਸੀਂ ਡਾਕਟਰ ਕੋਲ ਗਏ, ਇਹ ਦੇਖੋ ਸਿਵਲ ਹਸਪਤਾਲ ਦੀ ਰਿਪੋਰਟ ਹੈਗੀ, ਇਹ 18 ਤਰੀਕ ਦੀ, ਜਦੋਂ ਡਾਕਟਰ ਸਾਹਿਬ ਨੇ ਦੱਸਿਆ ਅਤੇ ਕੇਕ ਵਗੈਰਾ, ਅਤੇ ਅਸੀਂ ਉਹਨਾਂ ਦੀ ਡੇਟਾ ਚੈਕਿੰਗ ਕੀਤੀ ਆ, ਸਾਰੀ ਐਕਸਪਾਇਰ ਹੈਗੀ, ਸਾਰੀ ਐਕਸਪਾਇਰ ਹੈਗੀ। ਅਤੇ ਅਸੀਂ ਤੁਰੰਤ ਸਾਡੇ ਰਿਸ਼ਤੇਦਾਰ ਨੂੰ ਫੋਨ ਲਾਇਆ ਕਿ ਜੀ ਇਹ ਤਾਂ ਐਕਸਪਾਇਰ ਚੀਜ਼ਾਂ ਦੇ ਦਿੱਤੀਆਂ ਤੁਸੀਂ। ਉਹਨਾਂ ਨੇ ਦੁਕਾਨਦਾਰ ਕੋਲ, ਜਿਹਦੇ ਕੋਲ ਕਹਿ ਤਾਂ ਅਸੀਂ ਤਾਂ ਹੈਗੀ ਨਹੀਂ, ਸਾਡੀ ਉਹ ਨਹੀਂ ਹੈਗੀ। ਉੱਥੇ ਜਾ ਕੇ ਉਹਨਾਂ ਦੀ ਸਿਹਤ ਅਧਿਕਾਰੀਆਂ ਨੇ ਜਦੋਂ ਜਾਂਚ ਕੀਤੀ ਤਾਂ 80% ਉਹਨਾਂ ਦਾ ਮਾਲ ਐਕਸਪਾਇਰੀ ਪਿਆ ਹੈਗਾ। ਸਾਰੇ ਉੱਥੇ ਵੀ ਤਾਂ ਸਬੂਤ ਮਿਲੇ ਹੀ ਆ। ਸਾਡੀ ਬੱਚੀ ਦੀ ਹਾਲਤ 2-3 ਦਿਨ ਤੋਂ ਇੰਨੀ ਹੋ ਗਈ ਹੈ, ਨਾਜ਼ੁਕ ਹੋਇਆ ਹੈਗਾ। ਅੱਗੇ ਵੀ ਤੁਹਾਡੇ ਰਿਸ਼ਤੇਦਾਰ ਉੱਥੋਂ ਹੀ ਸਮਾਨ ਲੈਂਦੇ ਨੇ ਜਦੋਂ ਕੋਈ ਫੰਕਸ਼ਨ? ਨਹੀਂ, ਸਾਡਾ ਜੀਨਗਲ ਸਮਾਜ ਉੱਥੇ, ਉਹਨਾਂ ਦਾ ਵਿਸ਼ਵਾਸ ਹੈਗਾ ਜੀ। ਹੁਣ ਉਹਨਾਂ ਨੂੰ ਪਤਾ ਲੱਗੂਗਾ ਕਿ ਉੱਥੇ ਤਾਂ ਐਕਸਪਾਇਰੀ ਮਾਲ ਮਿਲਦਾ ਪਿਆ ਹੈਗਾ। ਸਿਹਤ ਵਿਭਾਗ ਵੱਲੋਂ 80% ਉਹਨਾਂ ਨੇ ਆਪਣੀ ਬੱਚੀ ਨੇ ਮਾਏ ਪੀਤੀ ਸੀਗੀ, ਮੰਜ ਖਾਧੀ ਸੀਗੀ, ਚੀਜ਼ ਜਿਹੜੀ ਉਹਦੇ ਚ ਸਾਰੀਆਂ ਜਿਹੜੇ ਬੋਕਸ ਚੀਜ਼ਾਂ ਐਕਸਪਾਇਰ ਦੀ ਸੀ, ਅਸੀਂ ਤਾਂ ਸਰ ਪਟਿਆਲੇ ਗਏ ਸੀਗੇ, ਸਾਡੇ ਪਰਿਵਾਰ ਵਿੱਚ ਵਿਆਹ ਸੀਗਾ ਅਤੇ ਸਾਡੇ ਰਿਸ਼ਤੇਦਾਰ ਰਹਿੰਦੇ ਹੈਗੇ, ਸਾਡੀ ਭਾਣਜੀ ਇਹਨਾਂ ਉੱਥੇ ਸਗਾਈ ਕੀਤੀ ਹੋਈ ਹੈ, ਵਿਆਹੀ ਹੋਈ ਹੈ, ਅਤੇ ਉਹਨਾਂ ਨੇ ਛੋਟੀ ਬੱਚੀ ਨੂੰ ਗਿਫਟ ਦਿੱਤਾ ਸੀਗਾ, ਉੱਥੇ ਤੋਂ ਪਰਚੇਸ ਕੀਤਾ ਸੀਗਾ। ਉੱਥੇ ਅਸੀਂ ਬੁੱਧਵਾਰ ਨੂੰ ਅਸੀਂ ਇੱਥੇ ਆਏ ਹਾਂ ਤਾਂ ਬੱਚੀ ਨੂੰ ਚੋਕਲੇਟ ਖਾਧੀ ਸੀਗੀ ਅਤੇ ਫਰੂਟੀ ਪੀਤੀ ਸੀਗੀ ਅਤੇ 2-3 ਆਈਟਮਾਂ ਇਹਨੇ ਖਾਧੀ, ਤਾਂ ਰਾਤ ਨੂੰ ਉਹ ਖਾ ਕੇ ਲਗਭਗ 12 ਵਜੇ ਦੀ ਹਾਲਤ ਖਰਾਬ ਹੋ ਗਈ ਜੀ। ਅਸੀਂ ਪ੍ਰਾਈਵੇਟ ਮੈਡੀਕਲ 'ਤੇ ਗਏ ਤਾਂ ਉੱਥੇ ਉਹਨਾਂ ਨੇ ਦੱਸਿਆ ਕਿ ਇਨਫੈਕਸ਼ਨ ਹੋ ਗਈ ਹੈਗੀ। ਅਸੀਂ ਫਿਰ ਸਵੇਰੇ, ਸਾਡਾ ਮਨ ਨਹੀਂ ਭਰਿਆ ਹੈਗਾ, ਅਸੀਂ ਸਿਵਲ ਹਸਪਤਾਲ ਗਏ, ਉਹਨਾਂ ਨੇ ਉੱਥੇ ਜਾਂਚ ਕੀਤੀ ਜੀ, ਜਾਂਚ ਕਰਕੇ ਦੱਸਿਆ ਜੀ ਇਹਦੇ ਇਹਦਾ ਖਾਣ ਪੀਣ ਦੇ ਨਾਲ ਇਨਫੈਕਸ਼ਨ ਹੋਈ ਹੈਗੀ। ਸਾਡਾ ਧਿਆਨ ਉੱਥੇ ਗੱਲ ਗਿਆ ਵੀ ਇਹਨੇ ਖਾਧਾ ਕੀ ਸੀਗਾ ਰਾਤ ਨੂੰ, ਇਹਨਾਂ ਦੇ ਲੈਵਲ ਚੈੱਕ ਕੀਤੇ ਖਾਣ ਪੀਣ ਦੇ, ਸਾਰੇ ਐਕਸਪਾਇਰੀ ਭਾਅ ਜੀ। ਦੀਵਾਲੀ ਦੇ ਗਿਫਟ ਪੈਕ ਕੀਤੇ ਹੋਏ ਸਾਰੇ ਐਕਸਪਾਇਰੀ, 2023 ਦਾ ਮਾਲ ਅੱਜ ਚੱਲਦਾ ਪਿਆ, 2024 ਅਪ੍ਰੈਲ ਦਾ ਮਹੀਨਾ, 1 ਰੁਪਏ ਦੇ ਲਾਲਚ ਵਿੱਚ ਸਾਰੇ ਐਕਸਪਾਇਰੀ ਮਾਲ। ਅਸੀਂ ਉੱਥੇ ਜਾਂਚ ਕਰਾਇਆ, ਸਾਡੇ ਰਿਸ਼ਤੇਦਾਰ ਨੂੰ ਭੇਜਿਆ ਜਿੱਥੋਂ ਪਰਚੇਸ ਕੀਤਾ ਸੀਗਾ, ਸਿਹਤ ਅਧਿਕਾਰੀ ਉੱਥੇ ਪਹੁੰਚੇ, ਉਹਨਾਂ ਨੇ ਤਾਂ 80% ਮਾਲ ਐਕਸਪਾਇਰੀ ਕੱਢਿਆ ਜੀ, ਇੰਨੇ ਸੈਂਪਲ ਭਰੇ ਹੈ। ਸੈਂਪਲ ਭਰਨ ਤੋਂ ਬਾਵਜੂਦ ਇਹਨਾਂ ਦੀ ਕਿਸੇ ਪਾਲਟੀ ਦਾ ਹੱਥ ਹੈਗਾ ਜੀ, ਅੱਜ ਫੇਲ ਦੁਕਾਨ ਖੁੱਲ੍ਹ ਗਈ ਹੈ ਜੀ, ਇੰਨੀ ਮੰਦਭਾਗੀ ਘਟਨਾ ਹੋ ਕੇ ਵੀ ਦੁਕਾਨ ਖੁੱਲ੍ਹ ਗਈ ਹੈ। ਇਹ ਤਾਂ ਅਸੀਂ ਤਾਂ ਚਾਹੁੰਦੇ ਹਾਂ ਜੀ ਇਨਸਾਫ ਮਿਲੇ, ਸਾਡੀ ਕੁੜੀ ਦੀ ਬਚ ਗਈ ਹੈਗੀ, ਹਾਲਤ ਠੀਕ ਹੋ ਗਈ ਹੈਗੀ, ਕਿਸੇ ਹੋਰ ਕੁੜੀ ਦੇ ਨਾ ਹੋਏ, ਸਾਡਾ ਜੀਨਗਲ ਸਮਾਜ ਚੁੱਪ ਨਹੀਂ ਬੈਠੂਗਾ ਜੀ। ਅਸੀਂ ਇਨਸਾਫ ਚਾਹੁੰਦੇ ਹੈਗੇ, ਸਿਹਤ ਅਧਿਕਾਰੀ ਨੂੰ ਇਹੀ ਗੱਲ ਕਹਿੰਦੇ ਹਾਂ ਜੀ, ਜਿੱਦਾਂ ਸਾਰੇ ਪਾਸੇ ਧਿਆਨ ਮਾਰੋ, ਪਹਿਲਾਂ ਵੀ ਮੰਦਭਾਗੀ ਘਟਨਾ ਹੋ ਚੁੱਕੀ ਹੈ ਪਟਿਆਲਾ ਸ਼ਹਿਰ ਵਿੱਚ, ਜਿਹੜੇ ਦੁਕਾਨਦਾਰ ਆਪਣੇ 1 ਰੁਪਏ ਪਿੱਛੇ, ਲਾਲਚ ਪਿੱਛੇ ਦੂਜਿਆਂ ਦੀ ਜਾਨ ਪਿੱਛੇ ਖੇਲੂਗੇ ਜੀ। ਅਸੀਂ ਤਾਂ ਇਹ ਚਾਹੁੰਦੇ ਹਾਂ ਜੀ ਸਾਨੂੰ ਇਨਸਾਫ ਮਿਲੇ। ਬਿਲਕੁਲ, ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਮੇਰੇ ਨਾਲ ਉਸ ਬੱਚੀ ਦੇ ਦਾਦਾ ਜੀ ਮੌਜੂਦ ਨੇ, ਉਹਨਾਂ ਨਾਲ ਬੇਸਿਕਲ ਸਰ ਕੀ ਕਹਿਣਾ ਚਾਹੋਗੇ? ਬੱਚੀ ਹੈ, ਮਾਸੂਮ ਬੱਚੀ ਹੈ, ਖਾਣ ਪੀਣ ਦੇ ਨਾਲ ਇਸਦੀ ਹਾਲਤ ਵਿਗੜੀ ਹੈ। ਰਿਸ਼ਤੇਦਾਰ ਤਾਂ ਰਿਸ਼ਤੇਦਾਰੀ ਨਿਭਾਉਂਦੇ ਹੋਏ ਜਾਂ ਗਿਫਟ ਦਿੰਦੇ ਨੇ, ਪਰ ਕੀ ਕਹਿਣਾ ਚਾਹੋਗੇ ਉਹ ਦੁਕਾਨਦਾਰਾਂ ਦੇ ਬਾਰੇ ਜਾਂ ਸਿਹਤ ਵਿਭਾਗ ਨੂੰ? ਮੈਂ ਤਾਂ ਦੇਖੋ ਦੁਕਾਨਦਾਰ ਨੂੰ ਇਹੀ ਕਹਿਣਾ ਚਾਹੁੰਦਾ ਜੀ, ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਜਿਹੜੀ ਚੀਜ਼ ਉਹਨੂੰ ਦੇ ਰਹੇ ਹੈ ਨਾ, ਵੱਡਾ ਕੋਈ ਨਹੀਂ ਖਾਏਗਾ ਸਰ, ਸਿਰਫ ਬੱਚਿਆਂ ਨੇ ਹੀ ਖਾਣਾ ਉਹ।
ਹੁਣ ਤੁਸੀਂ ਦੱਸੋ ਬੱਚੇ ਸਾਰਿਆਂ ਦੇ ਇੰਪੋਰਟੈਂਟ ਹੈ ਜੀ, ਇਹ ਨਹੀਂ ਹੈ ਸਾਡੀ ਕੁੜੀ ਇੰਪੋਰਟੈਂਟ ਹੈ, ਸਾਰਿਆਂ ਦੇ ਬੱਚੇ ਇੰਪੋਰਟੈਂਟ ਹੈ, ਉਹਨਾਂ ਨੂੰ ਇਹ ਸਰਮਾਣੀ ਚਾਹੀਦੀ ਹੈ ਵੀ ਜਿਹੜੀ ਸਮਾਨ ਹੈ ਨਾ ਇਹ ਐਕਸਪਾਇਰਡ ਕਿਸੇ ਨੂੰ ਵੀ ਨਾ ਦੇਵੇ, ਕਿਉਂਕਿ ਵੱਡਾ ਖਾਏਗਾ ਤਾਂ ਥੋੜ੍ਹਾ ਬਹੁਤ ਉਹਨੂੰ ਅਸਰ ਹੋਏਗਾ, ਬੱਚੇ ਨੂੰ ਬਹੁਤ ਜਲਦੀ ਅਸਰ ਹੋਏਗਾ ਜੀ। ਅਸੀਂ ਤਾਂ ਇਹੀ ਚਾਹੁੰਦੇ ਹਾਂ ਵੀ ਐਕਸਪਾਇਰ ਸਮਾਨ ਉਹ ਨਹੀਂ, ਹਰ ਦੁਕਾਨਦਾਰ ਆਪਣੀ ਜ਼ਿੰਮੇਵਾਰੀ ਰੱਖੇ ਵੀ ਇਹ ਕੋਈ ਐਕਸਪਾਇਰ ਸਮਾਨ ਨਾ ਵੇਚੇ, ਕਿਸੇ ਨੂੰ ਵੀ ਨਾ ਵੇਚੇ ਵੀ ਕਿਸੇ ਬੱਚੇ ਨੂੰ ਨੁਕਸਾਨ ਹੋਵੇ। ਉਹ ਪਟਿਆਲੇ ਗਏ ਸੀ ਨਾ ਸ਼ਾਦੀ ਵਿੱਚ, ਗੁੜੀਆਂ ਨੂੰ ਗਿਫਟ ਦਿੱਤਾ ਰਿਸ਼ਤੇਦਾਰਾਂ ਨੇ, ਤਾਂ ਸਾਨੂੰ ਕੀ ਪਤਾ ਅਸੀਂ ਆ ਕੇ ਬੱਚਿਆਂ ਨੂੰ ਦੇ ਦਿੱਤਾ, ਅਸੀਂ ਥੋੜ੍ਹਾ ਖਾਵਾਂਗੇ, ਬੱਚਿਆਂ ਨੂੰ ਦੇ ਦਿੱਤਾ ਫਿਰ ਅਸੀਂ ਤਾਂ ਫਿਰ ਬੱਚੇ ਖਾਏ, ਤਬੀਅਤ ਖਰਾਬ ਹੋ ਗਈ ਇਹਨਾਂ ਦੀ, ਵੱਡੀ ਗੁੜੀਆ ਦੀ ਵੀ ਹੋ ਗਈ ਸੀ, ਉਹਨੂੰ ਤੋਂ ਦਵਾਈ ਦਿਰਾਇਆ ਉਹਨਾਂ ਦੇ ਆਰਾਮ ਆ ਗਿਆ, ਇਹ ਜ਼ਿਆਦਾ ਹੋ ਗਈ। ਮੇਰੀ ਬੇਟੀ ਆ ਉਹ, ਉਹਦੇ ਉਹਦੇ ਸਸੁਰਾਲ ਵਾਲੇ ਨੇ ਗਿਫਟ ਦਿੱਤਾ ਸੀ ਨਾ, ਉਹ ਬੇਟੀ ਆ ਮੇਰੀ, ਤਾਂ ਇਹ ਦੋਨਾਂ ਨੇ ਖਾਇਆ ਫਿਰ ਦੋਨਾਂ ਦੀ ਤਬੀਅਤ ਢਿੱਲੀ ਹੋ ਗਈ, ਉਹ ਤੋਂ ਆਰਾਮ ਆ ਗਿਆ ਉਹਨੇ ਦੇ ਦਵਾਈ ਦਿਰਾਈ ਤੋਂ, ਇਹ ਜ਼ਿਆਦਾ। ਹਾਂ ਭੂਆ ਭਤੀਜੀ ਦੋਨਾਂ ਦੇ ਹੋ ਗਈ, ਤਾਂ ਇਹਦੇ ਜ਼ਿਆਦਾ ਹੋ ਗਈ ਤਬੀਅਤ, ਲੈਟਰਿੰਗ ਉਲਟੀ ਅਤੇ ਬੁਖਾਰ, ਅਤੇ ਰਾਤੀ 12 ਵਜੇ ਤੋਂ ਖੂਨ ਆਉਣ ਲੱਗ ਪਿਆ। ਹੁਣ ਰਿਪੋਰਟ 'ਚ ਲਿਖਿਆ ਤਾਂ ਬੁੱਧਵਾਰ, ਫਿਰ ਵੀਰਵਾਰ ਨੂੰ ਇਹ ਖਾਈ, ਫਿਰ ਸ਼ੁੱਕਰਵਾਰ ਨੂੰ ਸਵੇਰੇ ਜ਼ਿਆਦਾ ਹੋ ਗਈ। ਉਹ ਸਿਵਲ ਚ ਦਿਰਾਈ ਦਵਾਈ, ਸਿਵਲ ਚ ਟੈਸਟ ਕਰਾਇਆ। ਹੁਣ ਡਾਕਟਰ ਨੇ ਕੀ ਦੱਸਿਆ ਇਹਦੀ ਹਾਲਤ? ਡਾਕਟਰ ਨੂੰ ਸਾਨੂੰ ਤਾਂ ਪਤਾ ਹੀ ਨਹੀਂ, ਡਾਕਟਰ ਨੇ ਕਿਹਾ ਬਈ ਇਹ ਕੁਛ ਖਾਣ ਪੀਣ ਨਾਲ ਹੀ ਇਨਫੈਕਸ਼ਨ ਹੋਇਆ ਹੈ, ਅਤੇ ਫਿਰ ਅਸੀਂ ਦੇਖਿਆ ਨਾ ਕੀ ਖਾਇਆ ਹੈ, ਫਿਰ ਅਸੀਂ ਧਿਆਨ ਗਏ ਇੱਧਰ ਵੀ ਚੀਜ਼ਾਂ ਖਾਈ ਇਹਨੇ, ਜੂਸ ਵੀ ਪਿੱਤਾ ਸੀ, ਕੇਕ ਵੀ ਖਾਏ ਸੀ, ਤਾਂ ਕਰਕੇ ਧਿਆਨ ਗਿਆ, ਫਿਰ ਅਸੀਂ ਚੀਜ਼ਾਂ ਚੈੱਕ ਕੀਤੀ ਤਾਂ ਉਹ ਐਕਸਪਾਇਰ ਸੀ। ਜਿਹੜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਚੀਜ਼ਾਂ ਲੈ ਕੇ ਦਿੰਦੇ ਆ ਬਾਜ਼ਾਰ ਦੇ ਵਿੱਚੋਂ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਬਈ ਦੇਖ ਕੇ ਦੇ, ਫਿਰ ਦੁਕਾਨਦਾਰ ਦਾ ਵੀ ਫਰਜ਼ ਬਣਦਾ ਵੀ ਐਕਸਪਾਇਰ ਨਾ ਰੱਖੇ, ਕਿਉਂਕਿ ਦੁਕਾਨਦਾਰ ਗਲਤੀ ਲੱਗ ਜਾਂਦੀ ਹੈ ਮਾਂ ਬਾਪ ਨੂੰ, ਤਾਂ ਉਹ ਤੋਂ ਐਕਸਪਾਇਰ ਨਾ ਰੱਖੇ ਨਾ, ਫਿਰ ਸਾਰਾ ਮਾਲ ਐਕਸਪਾਇਰ ਆ, ਅਸੀਂ ਥੋੜ੍ਹਾ ਕਹਿੰਦੇ ਪਏ ਆ, ਉਹਦੇ ਨਾਲ ਵੀ ਸਬੂਤ ਉੱਥੇ ਵੀ ਤੋਂ ਨਿਕਲਿਆ, ਸਾਰਾ 80% 90% ਐਕਸਪਾਇਰ ਆ। ਸਾਡੀ ਗੁੜੀਆ ਨਾਲ ਨਾ ਹੋਇਆ, ਕਿਸੇ ਦੀ ਗੁੜੀਆ ਨਾਲ ਨਾ ਹੋਏ, ਬਸ ਅਸੀਂ ਤਾਂ ਇਹ ਚਾਹੁੰਦੇ ਇਨਸਾਫ਼। ਜੇ 10 ਸਾਲ ਦੀ ਗੁੜੀਆ ਗੁਜ਼ਰ ਸਕਦੀ ਹੈ ਤਾਂ 15 ਮਹੀਨੇ ਦੀ ਹੈ, ਫਿਰ 15 ਮਹੀਨੇ ਦੀ ਹੈ ਜੀ। ਇਹ ਦੇਖੋ ਨੱਕ 'ਚ ਖੂਨ ਆਉਣ ਲੱਗ ਪਏ ਇਹਦੇ, ਫਿਰ ਇਹ ਤਾਂ 15 ਮਹੀਨੇ ਦੀ ਹੈ, 10 ਸਾਲ ਦੀ ਗੁੜੀਆ ਤੁਸੀਂ ਦੇਖੋ ਨਾ, 10 ਸਾਲ ਦੀ ਗੁੜੀਆ ਗੁਜ਼ਰ ਸਕਦੀ ਹੈ, ਉਹਦਾ ਜ਼ਿੰਮੇਵਾਰ ਕੌਣ ਹੈ? ਉਹਨਾਂ ਨੂੰ ਵੀ ਇਨਸਾਫ਼ ਨਹੀਂ ਮਿਲਿਆ, ਅਸੀਂ ਤਾਂ ਇਹ ਚਾਹੁੰਦੇ ਹਾਂ ਅੱਗੋਂ ਨਾ ਹੋਏ ਬਸ ਕੁਛ, ਕਿਸੇ